पंजाब रोडवेज के पी आर टी सी के कच्चे मुलाजम अपनी मंगां नूं लै के प्रदर्शन कर रहे ने। सफ़र करन वाले यात्रियों भी दिक्कतों का सामना करना पै रहा। मोगा, बठिंडा, पटियाला, पठानकोट और फरीदकोट दियां तस्वीरें दिखा रहे हैं, जिते बस अड्डे दे विच बसां दे चक्के जाम ने। सो मुलाजम धरने ते ने ते आवाम परेशान है। साडा जिहड़ा रोस प्रदर्शन है पंजाब सरकार खिलाफ ते ट्रांसपोर्ट मंत्री खिलाफ आ, क्योंकि जिहड़े वादे उन्होंने साडे नाल कीते सीगे उह इन्हां चों इक वी वादा नहीं पूरा कीता हैगा। साडी जिहड़ी मीटिंग होई सी 22/11 नूं मीटिंग होई सी, इन्हां ने साडे नाल वादा कीता सीगा कि जिहड़ी अगली कैबिनेट की मीटिंग होगी उहदे विच तुहाडे जिहड़े मसले उह हल कीते जाणगे, चाहे वह रेगुलेशन दे आ, चाहे वह आउटसोर्स नूं महकमे विच कंट्रैक्ट ते लैण दे आ। पर जिहड़ी 1 तरीक नूं इन्होंने कैबिनेट की मीटिंग की उहदे विच कोई भी जिहड़ा फैसला सीगा ਸਾਡੇ ਮੁਲਾਜ਼ਮਾਂ ਵਾਸਤੇ ਹਾਂ ਪੱਖੀ ਨਹੀਂ ਦਿੱਤਾ ਗਿਆ। ਵੀਰਾ, ਜਾਇਜ਼ ਹੜਤਾਲ ਕੀਤੀ ਗਈ ਹੈ ਜਿਹਦੇ ਕਰਕੇ ਕਿ ਇਹਨਾਂ ਦਾ ਹੁਣ ਚੁੱਲ੍ਹਾ ਕਿਵੇਂ ਚੱਲੂਗਾ, 10,000 ਦੇ ਵਿੱਚ ਘਰ ਦਾ ਖਰਚਾ ਤਾਂ ਚੱਲਣ ਤੋਂ ਰਿਹਾ, ਮਹਿੰਗਾਈ ਇੰਨੀ ਹੋ ਚੁੱਕੀ ਹੈ, ਸਰੋਂ ਦੀ ਤੇਲ ਦੀ ਬੋਤਲੀ 200 ਰੁਪਏ ਨੂੰ ਹੋ ਗਈ ਹੈ। ਸਰਕਾਰ ਪਹਿਲਾਂ ਮੰਗਾਂ ਇਹਨਾਂ ਦੀਆਂ ਮੰਨ ਗਈ ਸੀਗੀਆਂ ਕਿ ਅਸੀਂ ਤੁਹਾਨੂੰ 20 ਦਿਨਾਂ ਦਾ ਟਾਈਮ ਦਿੱਤਾ ਸੀਗਾ ਜੀ ਪੱਕੇ ਕਰਾਂਗੇ, ਬਟ ਉਹਨਾਂ ਨੇ ਫਿਰ ਪੈਰ ਪਿੱਛੇ ਖਿੱਚੇ। ਸਮੇਂ ਤੋਂ ਸਰਕਾਰ ਨਾਲ ਸੰਘਰਸ਼ ਜਾਰੀ ਚੱਲ ਰਿਹਾ ਹੈਗਾ। ਪੱਕੇ ਹੋਣ ਦੇ ਮਸਲੇ ਦੇ ਵਿੱਚ ਅਸੀਂ ਵਾਰ ਵਾਰ ਹੜਤਾਲਾਂ, ਗੇਟ ਮੁਜ਼ਾਹਰੇ ਅਤੇ ਮੀਟਿੰਗਾਂ, ਰੈਲੀਆਂ ਕਰ ਰਹੇ ਹਾਂ ਸਰਕਾਰ ਨਾਲ, ਜਿਹਦੇ ਵਿੱਚੋਂ ਕਿ ਸਰਕਾਰ ਸਾਨੂੰ ਇੱਕ ਲਾਰੀ ਲਾਈ ਜਾਂਦੀ ਹੈ ਕਿ ਮੀਟਿੰਗਾਂ ਦਿੰਦੀ ਹੈ ਅਤੇ ਮੀਟਿੰਗਾਂ ਦੇ ਕੇ ਉਹਨਾਂ ਵਿੱਚ ਸਾਡਾ ਕੋਈ ਠੋਸ ਹੱਲ ਨਹੀਂ ਕੱਢ ਰਹੀ। ਸੋ ਅਸੀਂ ਸਰਕਾਰ ਅੱਗੇ ਆਪਦਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਪਿਛਲੇ ਮੀਟਿੰਗਾਂ ਕਰੀਆਂ, ਗੇਟ ਰੈਲੀਆਂ ਕਰੀਆਂ, ਜਿਹਦੇ ਵਿੱਚ ਸਾਡਾ ਕੋਈ ਠੋਸ ਹੱਲ ਨਹੀਂ ਨਿਕਲਿਆ, ਤਾਂ ਉਸਨੂੰ ਦੇਖਦੇ ਹੋਏ ਅਸੀਂ ਨੇ ਸਰਕਾਰ ਨੂੰ ਬਹੁਤ ਸਮਾਂ ਦਿੱਤਾ, ਜਿੰਨਾ ਵੀ ਸਰਕਾਰ ਨੇ ਸਾਨੂੰ ਕਿਹਾ ਕਿ ਤੁਹਾਡੀ ਆਉਣ ਵਾਲੀ ਪਹਿਲੀ ਕੈਬਨਿਟ ਦੇ ਵਿੱਚ ਅਸੀਂ ਹੱਲ ਕਰਾਂਗੇ, ਇਹਦੇ ਵਿੱਚ ਸਾਡਾ ਕੋਈ ਹੱਲ ਨਹੀਂ। ਸੋ ਅਸੀਂ ਹੁਣ ਅੱਕੇ ਹੋਏ ਜਬ ਅੱਕ ਜੱਬਿਆ ਗਾ, ਅਸੀਂ ਆਉਣ ਵਾਲੇ ਸਮੇਂ ਹੜਤਾਲ 'ਤੇ ਗਏ ਹਾਂਗੇ, ਜਿੰਨਾ ਟਾਈਮ ਪੰਜਾਬ ਸਰਕਾਰ ਸਾਡਾ ਕੋਈ ਹੱਲ ਨਹੀਂ ਕਰਦੀ। 10,000 ਪੰਜਾਬ ਰੋਡਵੇਜ ਪਣ ਬੱਸ ਅਤੇ ਪੀ ਆਰ ਟੀ ਸੀ ਦਾਇਰੇ ਵਿੱਚ 10,000 ਬੱਸ ਨਹੀਂ ਪਾਉਂਦੀ ਅਤੇ ਰੈਗੂਲਰ ਕੱਚੇ ਮੁਲਾਜ਼ਮ ਨੂੰ ਰੈਗੂਲਰ ਨਹੀਂ ਕਰਦੀ। इस वेले असी पठानकोट बस स्टैंड ते मौजूद हैगे आ और पी आर टी सी और पन बस दे मुलाजम पक्के तौर ते इत्थे हड़ताल ते ने, अनमिथे समय लई हुणे हड़ताल ते बैठे ने। कुछ मुलाजमान नाल गलबात कर लैणे हैगे आ। जनाब, जदों पिछली बार तुसी हड़ताल ते सीगे और बस स्टैंड बंद कीता सीगा, FIR भी लॉज होई तुहाडे ते, अज फिर तुसी अनमिथे समय लई हड़ताल ते हो, की कहना तुहाडा? देखो जी, सरकार जिहड़ी आ असी जी दो घंटे का बस स्टैंड बंद करना सी, जेहड़े 2 घंटे के बस स्टैंड किए ही पंजाब के सारे GM असी अपने 2 घंटे बस स्टैंड के नोटिस ऑलरेडी पहला दे चुके हैं। सरकार जी दबाने की कोशिश कर रही है, सरकार को चाहिए भी बंदियां नूं दबाने की कोशिश ना करे, बंदियां नूं जिहड़ियां मंगां हकी ते जायज़ मंगां उन्हां नूं मने, ये ठेके दे भर्ती है जिहड़ियां उन्हां नूं बंद करे ते जिहड़े मुलाजम है रैगूलर करे। इन्नियां बसां ने, इन्ना पंजाब दा 2.5 लाख मुलाजम, उन्हां नूं क्यों नहीं सरकार पक्का करदी? सानूं ट्रांसपोर्ट मंत्री नूं शासन दा आया भी जिहड़ी कैबिनेट दी पहली मीटिंग होगी असीं तुहाडे जिहड़े मुलाजमां दे विच रैगूलर कर दांगे, पर उह 29 तरीक नूं ना तां मीटिंग होई ना गल्लां कोई बात, ਉਹ ਮਲਤਵਈ ਕਰਕੇ 29 ਤਰੀਕ ਦੀ ਮੀਟਿੰਗ ਦੇ ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ 1 ਤਰੀਕ ਨੂੰ ਰੱਖੀ ਸੀ, 1 ਤਰੀਕ ਨੂੰ ਵੀ ਜਿਹੜੀ ਮੀਟਿੰਗ ਉਹਨਾਂ ਦੀ 5-7 ਮਿੰਟ ਹੀ ਹੋਈ ਆ, ਉਹਦੇ ਬਾਅਦ ਕੋਈ ਗੱਲਬਾਤ ਨਹੀਂ ਹੋਈ, ਇਸ ਕਰਕੇ ਜਿਹੜੀ ਅੱਜ ਰਾਤ 12 ਵਜੇ 7 ਵਜੇ ਤੱਕ ਦੀ 7 ਤਰੀਕ ਨੂੰ ਸਾਡੀ ਅਨਮਿਤ ਸਮੇਂ ਦੀ ਹੜਤਾਲ ਹੋ ਜਾਰੀ ਹੈ ਜੀ। ਅਜੇ ਮਹਾਜਨ, ਜ਼ੀ ਮੀਡੀਆ, ਪਠਾਨਕੋਟ। ਪਿਛਲੇ ਲੰਬੇ ਸਮੇਂ ਤੋਂ PRTC ਪਨ ਬੱਸ ਦੇ ਕੱਚੇ ਮੁਲਾਜ਼ਮ ਲਗਾਤਾਰ ਸਰਕਾਰ ਤੇ ਰੋਸ਼ ਹੈ ਉਹਨਾਂ ਨੂੰ, ਕਿਉਂ ਸਰਕਾਰ ਜਿਹੜੀ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ, ਜਿਸ ਦੇ ਰੋਸ਼ ਵਜੋਂ ਲਗਾਤਾਰ ਮੀਟਿੰਗਾਂ ਜਿਹੜੀਆਂ, ਗੇਟ ਰੈਲੀਆਂ ਜਿਹੜੀਆਂ, ਸਭ ਕੁਛ ਹੋ ਗਿਆ ਅਤੇ ਅੱਜ ਅਖੀਰੀ ਜਿਹੜਾ ਫੈਸਲਾ ਲਿਆ ਗਿਆ ਇਹਨਾਂ ਮੁਲਾਜ਼ਮਾਂ ਵੱਲੋਂ ਕਿ ਅੱਜ ਤੋਂ ਜਿਹੜਾ ਅਣਮਿੱਥੇ ਸਮੇਂ ਲਈ ਜਿਹੜੀ ਹੈ ਹੜਤਾਲ 'ਤੇ ਜਾਣਗੇ ਇਹ ਮੁਲਾਜ਼ਮ। ਲੱਗਦਾ ਸਰਕਾਰ ਮੰਨੂਗੀ ਹੁਣ, ਕੁਛ ਗੱਲਬਾਤ ਤੁਹਾਡੀ? ਦੇਖੋ ਜੀ, ਸਰਕਾਰ ਦੀ ਆ, ਅਸੀਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਾਂ, ਸਰਕਾਰ ਨਾਲ ਸਾਡੀਆਂ ਪਹਿਲਾਂ ਵੀ ਬਹੁਤ ਮੀਟਿੰਗਾਂ ਹੋਈਆਂ, ਅਸੀਂ ਹੁਣ ਵੀ ਆਸ ਕਰਦੇ ਹਾਂ ਵੀ ਸਾਡੇ ਨਾਲ ਸਰਕਾਰ ਮੀਟਿੰਗ ਕਰੇ, ਸਾਡਾ ਛੇਤੀ ਹੱਲ ਕੱਢਿਆ ਜਾਵੇ, ਅਸੀਂ ਵੀ ਹੜਤਾਲ ਕਰਕੇ ਖੁਸ਼ ਨਹੀਂ ਜੀ, ਅਸੀਂ ਵੀ ਇਹ ਚਾਹੁੰਦੇ ਵੀ ਸਰਕਾਰ ਸਾਨੂੰ ਪੱਕਿਆ ਕਰੇ, ਕਿਉਂਕਿ ਸਾਨੂੰ ਵੀ 14-14 15-15 ਸਾਲ ਹੋ ਗਏ। ਸਰਕਾਰ ਕਹਿੰਦੀ ਆ ਕਿ ਮੀਟਿੰਗਾਂ ਕਰ ਲਓ, ਆ ਜਾਓ, ਹੜਤਾਲਾਂ ਜਿਹੜੀਆਂ ਬੰਦ ਕਰ ਦਿਓ, ਰੋਡਵੇਜ ਵਾਲੇ ਮੰਨ ਵੀ ਜਾਂਦੇ ਕਿ ਅਸੀਂ ਬੰਦ ਕਰ ਦਿੰਦੇ ਹੜਤਾਲਾਂ, ਪਰ ਸਰਕਾਰ ਨਾਲ ਮੀਟਿੰਗ ਜਿਹੜੀ ਆ ਉਹ ਬੇਨਤੀਜਾ ਨਿਕਲਦੀ ਆ, ਕਿਉਂ ਕੀ ਲੱਗਦਾ, ਕਿਉਂ ਸਰਕਾਰ ਜਿਹੜੀਆਂ ਮੰਗਾਂ ਨਹੀਂ ਮੰਨ ਰਹੀ? ਇਹ ਸਰਕਾਰ ਜੀ ਕਿਸੇ ਮੰਗ 'ਤੇ ਆਉਂਦੀ ਨਹੀਂ, ਕਿਸੇ ਗੱਲ 'ਤੇ ਨਹੀਂ ਆਉਂਦੀ ਗੀ, ਜਿਹੜੀ ਕੋਈ ਜਿਹੜੀ ਅਸੀਂ ਮੰਗ ਮੰਨਦੇ ਉਹ 'ਤੇ ਆਉਂਦੇ ਹੀ ਨਹੀਂ ਜੀ, ਇਹ ਹੋਰ ਪਾਸੇ ਲੈ ਜਾਂਦੇ ਜੀ, ਐਕਟ ਬਣਾ ਦਿੰਦੇ ਆ ਤੁਹਾਨੂੰ 5 ਸਾਲਾਂ ਵਾਲੇ ਪੱਕੇ ਕਰ ਦਿੰਦੇ, ਕਦੀ ਬਣਾ ਲੈਂਦੇ ਜੀ ਅਸੀਂ 10 ਸਾਲਾਂ ਵਾਲੇ ਪੱਕੇ ਕਰ ਦਿੰਦੇ, ਕਦੀ ਕਿਸੇ ਪਾਸੇ ਨੂੰ ਅਲਝਾਉਂਦੇ ਆ ਜੀ, ਅਲਝਾਉਣ 'ਚ ਜ਼ਿਆਦਾ ਇਹਨਾਂ ਦਾ ਧਿਆਨ, ਕਿਸੇ ਨੂੰ ਪੱਕੇ ਕਰਨ 'ਚ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਜੀ। ਨਵਦੀਪ ਸਿੰਘ, ਜ਼ੀ ਮੀਡੀਆ, ਮੋਗਾ।